ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਕਾਨਪੁਰ ਵਿਚ ਹੋਏ 84 ਸਿੱਖ ਵਿਰੋਧੀ ਦੰਗਿਆਂ ਦੀ ਫਿਰ ਤੋਂ ਜਾਂਚ ਹੋਵੇਗੀ। ਯੂਪੀ ਸਰਕਾਰ ਨੇ ਇਸ ਲਈ ਸਾਬਕਾ ਡੀਜੀਪੀ ਅਤੁਲ ਦੀ ਪ੍ਰਧਾਨਗੀ ਵਿਚ ਇਕ SIT ਗਠਿਤ ਕਰ ਦਿੱਤੀ ਹੈ। SIT 6 ਮਹੀਨੇ ਵਿਚ ਜਾਂਚ ਪੂਰੀ ਕਰਕੇ ਸਰਕਾਰ ਨੂੰ ਰਿਪੋਰਟ ਸੌਂਪੇਗੀ। ਪ੍ਰਮੁੱਖ ਸਕੱਤਰ ਗ੍ਰਹਿ ਅਰਵਿੰਦ ਕੁਮਾਰ ਨੇ ਆਖਿਆ ਕਿ ਸੁਪਰੀਮ ਕੋਰਟ ਵਿਚ ਦਾਖਲ ਪਟੀਸ਼ਨ ਦੇ ਆਧਾਰ ਤੇ ਉੱਤਰ ਪ੍ਰਦੇਸ਼ ਸਰਕਾਰ ਨੇ ਇਸ ਦਾ ਗਠਨ ਕੀਤਾ। ਇਸ ਵਿਚ ਪ੍ਰਧਾਨ ਦੇ ਤੌਰ ਤੇ ਸਾਬਕਾ ਪੁਲਿਸ ਡਾਇਰੈਕਟਰ ਜਨਰਲ ਅਤੁਲ ਤੋਂ ਇਲਾਵਾ ਰਿਟਾਇਰ ਜ਼ਿਲ੍ਹਾ ਜੱਜ ਸੁਭਾਸ਼ ਚੰਦਰ ਅਗਰਵਾਲ, ਰਿਟਾਇਰ ਅਪਰ ਨਿਰਦੇਸ਼ਕ ਵਕੀਲ ਯੋਗੇਸ਼ਵਰ, ਕ੍ਰਿਸ਼ਨ ਸ਼੍ਰੀਵਾਸਤਵ ਅਤੇ ਮੌਜੂਦਾ SSP ਕਾਨਪੁਰ ਨੂੰ ਸ਼ਾਮਲ ਕੀਤਾ ਗਿਆ। ਅਰਵਿੰਦ ਕੁਮਾਰ ਅਨੁਸਾਰ SIT ਉਹਨਾਂ ਮੁਕੱਦਮਿਆਂ ਦੀ ਦੁਬਾਰਾ ਸਮੀਖਿਆ ਕਰੇਗੀ ਜਿਨ੍ਹਾਂ ਵਿਚ ਸਬੂਤਾਂ ਦੀ ਕਮੀ ਕਾਰਨ ਅੰਤਿਮ ਰਿਪੋਰਟ ਲਗਾ ਦਿੱਤੀ ਗਈ ਹੈ।